ਇਹ ਵੀਡੀਓ ਦੇਖਣ ਤੋਂ ਬਾਅਦ ਹਰ ਕਿਸੇ ਦੀ ਰੂਹ ਕੰਬ ਜਾਵੇਗੀ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਮਹਿਲਾ ਨੂੰ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਹੈ। ਮਹਿਲਾ ਦੇ ਨਾਲ ਜਾਨਵਰਾਂ ਵਰਗਾ ਵਤੀਰਾ ਕਰ ਰਹੇ ਇਹ ਲੋਕਾਂ ਦਾ ਅਸਲ ਸੱਚ ਹੈ ਕਿ ਆਓ ਤੁਹਾਨੂੰ ਦੱਸ ਦਿਆਂ ਇਸ ਰਿਪੋਰਟ ਦੇ ਵਿੱਚ। ਔਰਤਾਂ ਦੀ ਇੱਜ਼ਤ ਦੀ ਗੱਲ ਹਮੇਸ਼ਾ ਹੀ ਕੀਤੀ ਜਾਂਦੀ ਹੈ, ਪਰ ਇਸ ਵੀਡੀਓ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਇੱਕ ਔਰਤ ਦੀ ਇੱਜ਼ਤ ਨੂੰ ਨਿਲਾਮ ਇੱਕ ਔਰਤ ਹੀ ਕਰ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਕਹਿਣਾ ਬਿਲਕੁਲ ਗਲਤ ਨਹੀਂ ਹੈ ਕਿ ਔਰਤ ਹੀ ਔਰਤ ਦੀ ਦੁਸ਼ਮਣ ਬਣਦੀ ਜਾ ਰਹੀ ਹੈ। ਦਰਅਸਲ ਅੰਮ੍ਰਿਤਸਰ ਦੇ ਵੇਰਕਾ ਇਲਾਕਾ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਸੀ, ਜਿਹਨੂੰ ਚਲਾਉਣ ਦੇ ਲਈ ਕੁਝ ਕੁ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਸੀ। ਜਿਸਮ ਫਰੋਸ਼ੀ ਦੇ ਇਹ ਦਲਦਲ ਵਿੱਚ ਇੱਕ ਔਰਤ ਕਾਫੀ ਲੰਬੇ ਸਮੇਂ ਤੋਂ ਫਸੀ ਹੋਈ ਸੀ। ਇਸ ਪੀੜਤ ਔਰਤ ਨੂੰ ਇਹ ਗੰਦੇ ਧੰਦੇ ਵਿੱਚੋਂ ਕੱਢਣ ਲਈ ਰਾਖੇ ਧੀਆਂ ਦੇ ਸੰਸਥਾ ਕਾਮਯਾਬ ਹੋ ਗਈ ਹੈ। ਪੀੜਤ ਔਰਤ ਨੂੰ ਬਚਾਉਣ ਦੇ ਲਈ ਸੰਸਥਾ ਨੇ ਪੁਲਿਸ ਨਾਲ ਮਿਲ ਕੇ ਘਰ ਦੇ ਵਿੱਚ ਰੇਡ ਮਾਰ ਦਿੱਤੀ। ਦੱਸ ਦਈਏ ਕਿ ਇਹ ਮਹਿਲਾ ਤੋਂ ਧੱਕੇ ਦੇ ਨਾਲ ਜਿਸਮ ਫਰੋਸ਼ੀ ਦਾ ਧੰਦਾ ਕਰਵਾਇਆ ਜਾ ਰਿਹਾ ਸੀ। ਇਸ ਦੇ ਬਾਰੇ ਜਦੋਂ ਪੀੜਤ ਔਰਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਸ ਨੂੰ ਇਹ ਕੰਮ ਕਰਨ ਲਈ ਬਲੈਕਮੇਲ ਕੀਤਾ ਜਾਂਦਾ ਸੀ। ਇਸ ਮੌਕੇ 'ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਔਰਤ ਨੇ ਜਿਸਮ ਫਰੋਸ਼ੀ ਦੇ ਇਹ ਧੰਦੇ ਦਾ ਪਰਦਾਫਾਸ਼ ਕਰ ਦਿੱਤਾ। ਮੈਨੂੰ ਬਲੈਕਮੇਲ ਕਰਦੀ, ਅਗਰ ਜੇ ਕੰਮ ਨਾ ਕੀਤਾ ਮੇਰੀ ਅਸ਼ਲੀਲ ਵੀਡੀਓ ਬਣਾਈਆਂ, ਹਾਂਜੀ ਨੰਗੇਜ ਮੇਰਾ ਨੰਗੀਆਂ ਫੋਟੋ ਮੈਨੂੰ ਕਹਿ ਕੇ ਮੈਨੂੰ ਧਮਕੀ ਦਿੰਦੀ, ਮੇਰੀ ਮਾਸੀ ਜੀ ਦੀ ਬੇਟੀ ਨੂੰ ਵੀ ਇਹਨਾਂ ਚੱਕ ਕੇ ਲਿਆਂਦਾ ਸੀਗਾ। ਮੈਨੂੰ ਸਾਲ ਹੋ ਗਿਆ, ਡੇਢ ਸਾਲ ਹੋ ਗਿਆ, ਹਾਂਜੀ ਮੇਰੇ ਵੀਡੀਓ ਵੇਖ ਲਓ, ਹਾਂਜੀ ਮੇਰੇ ਵੀਡੀਓ ਹੈਗੀ ਜਿਹ 'ਚ ਮੇਰੇ ਮੂੰਹ 'ਚ ਪਿਸਤੌਲ ਦੇਂਦੇ ਆ, ਮੇਰੇ ਸਿਰ 'ਤੇ ਆਵੇ ਕਮਾਨ ਮਾਰ ਕੇ ਪਿਸਤੌਲ, ਮੇਰੇ ਸਿਰ ਦਾ ਬੁਰਾ ਹਾਲ ਕੀਤਾ, ਮੇਰੇ ਅੱਗਾਂ 'ਤੇ ਮਾਰ ਮਾਰ ਕੇ। ਮੈਂ ਚਲੀ ਗਈ ਹਾਂ ਛੱਡ ਕੇ ਇਹਨਾਂ ਨੇ ਨਾ ਮੇਰੀ ਮਾਸੀ ਜੀ ਦੀ ਬੇਟੀ ਨੂੰ ਚੁੱਕਿਆ, ਫਲੈਟਾਂ 'ਚ ਅਸ਼ਲੀਲ ਫੋਟੋਆਂ ਮੇਰੀਆਂ ਵਿਖਾਈਆਂ, ਗਲਤ ਕੰਮ ਕਰਵਾਉਂਦੀ ਨਾ ਮੇਰੀ ਨਿਆ, ਇਹਨੇ ਇਹਨੂੰ ਬਹੁਤ ਸਾਰੀਆਂ ਕੁੜੀਆਂ ਫੋਨ ਕਰਦੇ, ਕੁੜੀਆਂ ਨੂੰ ਫੇਰ ਆਉਂਦੀਆਂ, ਕੁੜੀਆਂ ਓਦਾਂ ਨਹੀਂ ਆਉਂਦੀਆਂ, ਇੱਕ ਕੁੜੀ ਪੱਕੀ ਰਹਿੰਦੀ ਇਹਨਾਂ ਨਾਲ। ਪੂਰਾ ਕੀ ਨਾਮ ਹੈ ਉਹਦੇ ਜਿਹੜਾ ਸਪਲਾਈ ਦਿੰਦੀ ਹੁੰਦੀ? ਸੁਖਜੀਤ ਕੌਰ। ਇਹ ਕੋਈ ਹੋਰ ਵੀ ਨੈਟਵਰਕ ਵੈਬ ਤੇ ਰੱਖਿਆ ਇਹਨਾਂ ਨੇ? ਹਾਂਜੀ। ਇਸ ਤਰ੍ਹਾਂ ਉਹਨਾਂ ਨੇ ਰੱਖਿਆ, ਇਹਨਾਂ ਦੇ ਗੂਗਲ ਤੋਂ ਸਰਚ ਮਾਰੋ ਸਕੋਰ ਸਰਵਿਸ, ਇਹਨਾਂ ਦੇ ਨੰਬਰ ਬਹੁਤ ਸਾਰੇ, ਇਹਨਾਂ ਹੋਟਲ ਵੀ ਲਿਆਓ ਬਸ ਸਟੈਂਡ ਰੋਇਲ ਡ੍ਰੀਮਸ। ਇਸ ਮੌਕੇ ਮਨਜੀਤ ਸਿੰਘ ਰਾਖੀ ਧੀਆਂ ਸੰਸਥਾ ਦੇ ਮੁਖੀ ਦਾ ਕੀ ਕਹਿਣਾ ਰਿਹਾ, ਆਓ ਸੁਣ ਲੈਂਦੇ ਹਾਂ। ਸਾਡੇ ਕੋਲ ਇੱਕ ਫੋਨ ਕਾਲ ਆਈ ਜੀ, ਇਹ ਜਿਹੜੀ ਸੁਖਨਾ ਦੀ ਜਨਾਨੀ ਅੱਜ ਕਿਤੇ ਦਵਾਈ ਲੈਣ ਗਈ, ਇਹਨੇ ਇੱਕ ਲੜਕੀ ਨੂੰ ਡੇਢ ਸਾਲ ਤੋਂ ਬੰਦੀ ਬਣਾ ਕੇ ਰੱਖਿਆ ਵਾ, ਅੱਜ ਉਹ ਘਰ ਨਹੀਂ ਹੈਗੀ, ਇਸ ਭੈਣ ਦੇ ਹੱਥ ਫੋਨ ਲੱਗ ਗਿਆ ਵਾ, ਇਹਨੇ ਸਾਨੂੰ ਫੋਨ ਕੀਤਾ ਵਾ, ਸਾਡੀ ਸੰਸਥਾ ਦਾ ਇਹਦੇ ਕੋਲ ਕਿਸੇ ਨਾ ਕਿਸੇ ਤਰੀਕੇ ਨਾਲ ਨੰਬਰ ਪਹੁੰਚਿਆ ਵਾ, ਇਹਨੇ ਸਾਨੂੰ ਫੋਨ ਕਾਲ ਕੀਤਾ ਵੀ ਇੱਥੇ ਮੈਨੂੰ ਬੰਦੀ ਬਣਾ ਕੇ ਰੱਖਿਆ ਗਿਆ ਵਾ, ਅਤੇ ਵੀ ਤੁਸੀਂ ਵੀਰੇ ਮੈਨੂੰ ਆਣ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਛੁਡਾ ਕੇ ਲੈ ਕੇ ਜਾਓ, ਇੱਥੇ ਮੇਰੀ ਮਾਰ ਕੁਟਾਈ ਕੀਤੀ ਜਾ ਰਹੀ ਹੈ, ਮੈਨੂੰ ਮੇਰੇ ਕੋਲ ਧੱਕੇ ਨਾਲ ਜਿਹੜਾ ਗਲਤ ਕੰਮ ਕਰਵਾਇਆ ਜਾ ਰਿਹਾ, ਮੈਨੂੰ ਨਸ਼ੇ ਦੀ ਡੋਜ਼ ਦਿੱਤੀ ਜਾ ਰਹੀ ਹੈ ਸੁਖ ਵੱਲੋਂ। ਅਤੇ ਕੀ ਹੋਰ ਕੀ ਉਹਨੂੰ ਮਾਰਦੇ ਕੁੱਟਦੇ ਵੀ ਸੀ, ਕਿੰਨੀ ਦੇਰ ਤੋਂ ਕੁੜੀ ਇੱਥੇ ਸਰੀਰਕ ਸ਼ੋਸ਼ਣ ਕਰਦੇ ਸੀ? ਉਹਦੇ ਨਾਲ ਸਰੀਰਕ ਸ਼ੋਸ਼ਣ ਉਹਦਾ ਕੀਤਾ ਜਾ ਰਿਹਾ ਸੀ, ਮਤਲਬ ਬਾਹਰੋਂ ਕੋਈ ਕਸਟਮਰ ਵਗੈਰਾ ਲਿਆਉਂਦੀ ਸੀ ਸੁੱਖ, ਅਤੇ ਉਹਦੇ ਨਾਲ ਗਲਤ ਕੰਮ ਕਰਵਾਉਂਦੀ, ਅਤੇ ਉਹਨਾਂ ਕੋਲ ਪੈਸੇ ਪੂਸੇ ਜਿਹੜੇ ਮੁੰਡਿਆਂ ਕੋਲ ਜੋ ਵੀ ਬੰਦੇ ਬਾਹਰੋਂ ਆਉਂਦੇ ਸੀ, ਉਹਨਾਂ ਕੋਲ ਪੈਸੇ ਆਪ ਹੀ ਲੈਂਦੀ ਸੀ, ਅਤੇ ਗਾਂਹ ਉਹਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਸੀ, ਅਤੇ ਮਾਰ ਕੁਟਾਈ ਕੀਤੀ ਜਾਂਦੀ ਸੀ, ਨਸ਼ਾ ਦਿੱਤਾ ਜਾਂਦਾ ਸੀ ਉਹਨੂੰ,
ਤੇ ਹੁਣ ਉਹ ਭੈਣ ਨੂੰ ਵੀ ਖਤਰਾ ਵਾ ਵੀ ਉਹ ਵਿਚਾਰੀ ਡਰਦੀ, ਸਾਨੂੰ ਇਹ ਵੀ ਨਹੀਂ ਕਹਿੰਦੀ ਵੀ ਮੇਰੀ ਹੈਲਪ ਕਰੋ, ਕਹਿੰਦੀ ਜੇ ਮੈਂ ਤੁਹਾਨੂੰ ਦੱਸਿਆ ਤੇ ਇਹਨੇ ਇੰਨਾ ਉਸ ਭੈਣ ਨੂੰ ਡਰਾ ਕੇ ਰੱਖਿਆ ਹੋਇਆ ਸੀ ਕਿ ਜੇ ਤੂੰ ਬਾਹਰ ਕਿਸੇ ਨਾਲ ਗੱਲ ਕਰੇਗੀ ਤੇ ਮੈਂ ਤੇਰੇ ਪਰਿਵਾਰ ਨੂੰ ਪੂਰੇ ਨੂੰ ਮਰਵਾ ਦੂੰਗੀ। ਇਹ ਜਿਸਮ ਫਰੋਸੀ ਦਾ ਧੰਦਾ ਸਰ ਘਰ ਵੀ ਚੱਲਦਾ ਤੇ ਐਸਕੋਰਟ ਸਰਵਿਸ ਜਿਹੜੀ ਹੈ ਖੁੱਲੇ ਆਮ ਜਿਹੜੀ ਹੈ ਗੂਗਲ ਦੇ ਉੱਤੇ ਸਰਚ ਮਾਰੋਗੇ ਜਿਹੜੀ ਨੈਟ ਦੇ ਉੱਤੇ ਇਹਨਾਂ ਦੇ ਨੰਬਰ ਪਾਏ, ਇਹਨਾਂ ਨੇ ਕੋਈ ਨੈਟ ਤੇ ਵੈਬਸਾਈਟ ਆਪਣੀ ਬਣਾਈ ਹੋਈ ਉੱਤੇ ਨੰਬਰ ਇਹਨਾਂ ਨੇ ਦਿੱਤੇ ਹੋਏ ਆ, ਉੱਥੋਂ ਕੋਈ ਨੈਟ ਤੋਂ ਉੱਤੋਂ ਨੰਬਰ ਲੋਕ ਕੱਢ ਕੇ ਇਹਨਾਂ ਦਾ ਤੇ ਇਹਨੂੰ ਕਾਲ ਕਰਦੇ ਆ ਇਹਨਾਂ ਨੂੰ ਤੇ ਫਿਰ ਇਹਨਾਂ ਦੇ ਕੋਲ ਡਾਇਰੈਕਟ ਇੱਥੇ ਲੱਗ ਆ ਜਾਂਦੇ ਆ। ਦੱਸ ਦਈਏ ਕਿ ਜਦੋਂ ਪੁਲਿਸ ਨੇ ਘਰ ਵਿੱਚ ਰੇਡ ਮਾਰੀ ਸੀ ਤਾਂ ਉਦੋਂ ਇਹ ਆਰੋਪੀ ਫਰਾਰ ਹੋ ਗਏ ਸੀ। ਰੰਗਲਾ ਟੀਵੀ ਲਈ ਅੰਮ੍ਰਿਤਸਰ ਤੋਂ ਹਰਦੇਵ ਸਿੰਘ ਦੀ ਰਿਪੋਰਟ।